ਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਬੁੱਧ ਦਾ ਤੇ ਇਸ ਟਾਈਮ ਸਿਆਲਕੋਟ ਦੇ ਨੌਜਵਾਨ ਵਪਾਰੀ ਵਿਕਾਸ ਹੈਦਰ ਸਾਹਿਬ ਦੇ ਡੇਰੇ ਤੋਂ ਮੌਜੂਦ ਆ। ਤੇ ਮਾਸ਼ਾਅੱਲਾ ਜੀ ਭਾਈ ਵਿਕਾਸ ਸਾਹਿਬ ਇੱਕ ਦਫਾ ਫਿਰ ਮਿਹਨਤ ਕਰਕੇ ਦੋਸਤਾਂ ਵਾਸਤੇ ਚਾਰ ਖੂਬਸੂਰਤ ਗਾਵਾਂ, ਇਸ ਤੋਂ ਇਲਾਵਾ ਤਿੰਨ ਮੱਝਾਂ ਵੀ ਲੈ ਕੇ ਆਏ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 8 ਕਿਲੋ ਦੁੱਧ ਵਾਲੀ ਖਾਂਗੜ ਮੱਝ ਵੀ ਮੌਜੂਦ ਹੈ। ਕਮ ਅਜ਼ ਕਮ ਕੀਮਤ ਹੈ ਜੀ 1,75,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਭਾਈ ਵਿਕਾਸ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਹਿੰਦੇ ਭਾਈ ਫਰਾਂ ਠੀਕ ਠਾਕ ਹੋ? ਅੱਲਾ ਪਾਕ ਦਾ ਬੜਾ ਸ਼ੁਕਰ ਹੈ, ਉਹਦੀ ਜ਼ਾਤ ਦਾ ਕਰਮ ਹੈ। ਭਾਈ ਵਿਕਾਸ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਏ ਤੇ ਸ਼ੁਕਰ ਅਲਹਮਦੁਲਿਲਾ। ਦੁਆਵਾਂ ਅੱਲਾ ਚਾਹੇ ਭਰਾਵਾਂ ਦੀਆਂ, ਜਿਹੜੇ ਦੋਸਤ ਭਾਅ ਭੇਜਦੇ ਨੇ ਫਿਰ ਉਹਨਾਂ ਨੂੰ ਸਲਾਮ ਪੇਸ਼ ਕਰਨੇ ਆ। ਉਮੀਦ ਕਰਨੇ ਆ ਇਨਸ਼ਾਅੱਲਾ ਖੈਰੀਅਤ ਨਾਲ ਹੋਣ। ਮਾਸ਼ਾਅੱਲਾ ਜੀ, ਇਹ ਦੋਸਤ ਆਲਰੇਡੀ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਬੁੱਧ ਵਾਲੇ ਦਿਨ ਜਨਾਬ ਦੀ ਵੀਡੀਓ ਅਪਲੋਡ ਹੁੰਦੀ ਹੈ। ਇਹ ਪਿਛਲੀ ਬੁੱਧ ਵਾਲੇ ਦਿਨ ਸਾਡੀ ਵਜ੍ਹਾ ਤੋਂ ਹੀ ਕੋਈ ਮਾਮਲਾ ਗੜਬੜ ਹੋਇਆ, ਵੀਡੀਓ ਨਹੀਂ ਬਣ ਸਕੀ। ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਬਾਈ ਫਰਾਜ਼, ਡੁਗਰੀ ਹਰੀਆਂ, ਤਹਿਸੀਲ ਪਸਰੋੜ, ਜ਼ਿਲ੍ਹਾ ਸਿਆਲਕੋਟ, ਜ਼ਫਰਵਾਰ ਰੋਡ, ਬੜਿਆਣਾ, ਮੇਨ ਰੋਡ ਦੇ ਉੱਤੇ ਡੁਗਰੀ ਹਰੀਆਂ ਗਾਉਂ। ਠੀਕ ਹੈ। ਚਵਿੰਡਾ ਤੋਂ 5 ਕਿਲੋਮੀਟਰ ਜ਼ਫਰਵਾਲ ਰੋਡ, ਚਵਿੰਡੇ ਤੋਂ ਬਿਲਕੁਲ ਨਜ਼ਦੀਕ ਉਹ ਬੜਿਆਣੇ ਤੋਂ ਜਿਹੜਾ ਰੋਡ ਅੱਗੇ ਚਵਿੰਡੇ ਤੋਂ ਜ਼ਫਰਵਾਲ ਜਾ ਰਿਹਾ ਉਸ ਰੋਡ ਤੇ ਤੁਸੀਂ? ਬਿਲਕੁਲ। ਠੀਕ ਹੈ। ਦੂਸਰਾ ਭਾਈ ਵਿਕਾਸ, ਕੋਸ਼ਿਸ਼ ਕਰਨੀ ਆਲਰੇਡੀ ਜਨਾਬ ਦੀਆਂ ਕੋਈ 5-6 ਵੀਡੀਓਜ਼ ਅਪਲੋਡ ਹੋਈਆਂ ਨੇ, ਦੋਸਤਾਂ ਨੇ ਕਾਫੀ ਪਸੰਦ ਕੀਤੀਆਂ ਨੇ, ਮਾਲ ਤੁਹਾਡਾ ਅੱਛਾ ਹੁੰਦਾ, ਮਿਹਨਤ ਕਰਦੇ ਹੋ, ਰੇਟ ਦੋਸਤਾਂ ਨੂੰ ਜਿਹੜਾ ਨਾ ਅੱਛੇ ਦੇਣੇ ਨੇ। ਇਨਸ਼ਾਅੱਲਾ ਜੀ, ਖੜਾਕ ਹੋਏ ਦਾ ਇਨਸ਼ਾਅੱਲਾ, ਬਫਜ਼ਲੇ ਖੁਦਾ ਇਨਸ਼ਾਅੱਲਾ ਜੀ। ਕਰਾਈਏ ਸ਼ੋਕ ਜੀ। ਭਾਈ ਜਮੀਲ ਸਾਹਿਬ ਲਿਆਓ ਜੀ, ਇਹ ਵੈੜ ਨੰਬਰ 1 ਆ ਗਈ ਮਾਸ਼ਾਅੱਲਾ ਜੀ। ਗੱਬਣ ਹੈ? ਗੱਬਣ ਹੈ ਭਾਈ ਫਰਾਜ਼। ਠੀਕ ਹੈ। ਕਿੰਨਵਾਂ ਸੂਆ ਨੇ ਸੁਣਿਆ ਭਾਈ ਫਰਾਜ਼? ਦੂਸਰੇ। ਇਹ ਦੂਸਰਾ ਸੂਆ ਸੁਣਿਆ ਮਾਸ਼ਾਅੱਲਾ ਜੀ। ਇਹ ਲੇਕਿਨ ਕਿੰਨੇ ਕੁ ਦਿਨ ਲਿੰਦੀ ਹੈ? 15 ਤੋਂ 20 ਦਿਨ। 15 ਤੋਂ 20 ਦਿਨ ਲਿੰਦੀ ਹੈ ਵੀ ਸੂਆ ਦੂਸਰਾ ਸੁਣਿਆ। ਭਾਈ ਜਮੀਲ ਇੱਥੇ ਖਿਲਾਰੋ ਹਜ਼ਰਾ। ਨਸਲ ਕੀ ਭਾਈ ਵਿਕਾਸ ਸਾਹਿਬ ਦੀ? ਮੈਂ ਬਲੈਤੀ ਤੇ ਚੋਰਸਤਾਨੀ ਦਾ ਕਰਾ। ਠੀਕ ਹੈ। ਬਲੈਤੀ ਇਹ ਚੈੱਕ ਕਰੋ ਜੀ, ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਸੀਲ ਸ਼ਰੀਫ ਹੈ, ਗਾਂ ਹੋਏ ਤੂੰ ਸੀਲ ਸ਼ਰੀਫ ਹੋਏ, ਸਭ ਤੋਂ ਵੱਡੀ ਗੱਲ ਮਾਸ਼ਾਅੱਲਾ ਜੀ। ਇਹ 15 ਤੋਂ 20 ਦਿਨ ਲੈਂਦੀ ਹੈ ਵੀ ਸੂਆ ਦੂਸਰਾ ਸੁਣਿਆ। ਭਾਈ ਜਮੀਲ ਸਾਹਿਬ ਇੱਥੇ ਜ਼ਰਾ ਸਿੱਧੀ ਕਰੋ, ਕੈਮਰੇ 'ਚ ਮੁਕੰਮਲ ਨਜ਼ਰ ਆਏ ਜੀ ਸਾਹਮਣੇ ਦੋਸਤਾਂ ਨਾਲ, ਦੀ ਚੈੱਕ ਕਰਾਈਏ, ਪ੍ਰਿੰਟ ਵੀ ਦੋਸਤਾਂ ਵੇਖ ਲੈਣਾ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਭਾਈ ਚਿਹਰਾ ਦਾ ਸਾਹਮਣਾ ਕਰੋ ਜੀ। ਇਹ ਵਲੈਤੀ ਤੇ ਚੋਲਸਤਾਨੀ ਦੱਸਿਆ ਜੀ ਜੀ, ਜਰਸੀ ਦਾ ਟੱਚ ਹੈ ਵਿੱਚ, ਹਲਕਾ ਜਿਹਾ ਮਾਮੂਲੀ ਟੋਰ ਹੈ ਭਾਈ ਜਾਨ। ਇਹ ਚੋਲਸਤਾਨੀ 'ਚ ਕਰਾਸ ਹੈ, ਕਰਾਸ ਵੀ ਅੱਛਾ, ਬਰੀਡ ਅੱਛੀ ਹੈ, ਪ੍ਰਿੰਟ ਸੋਹਣਾ ਹੈ, ਹਲੇ ਕੱਚੀ ਹੈ। ਵੈੜ ਨੰਬਰ 1 ਜੀ ਭਾਈ ਵਿਕਾਸ ਸਾਹਿਬ, ਇਹ ਵੈੜ ਨੰਬਰ 1 ਦਾ ਰੇਟ ਭਾਈ ਫਰਾਂ? ਵੈੜ ਨੰਬਰ 1 ਦਾ ਉਹਦੇ 1,95,000 ਰੁਪਏ ਦੀ। 1,95,000 ਰੁਪਏ ਦੀ? ਠੀਕ ਹੈ। ਜਦੋਂ ਤੱਕ ਸੁਣਦੀ ਨਹੀਂ ਉਦੋਂ ਤੱਕ ਰੇਟ ਹੈ ਜਾਂ ਇਸ ਵੀਡੀਓ ਦੇ ਰੇਟ? ਅਗਲੀ ਵੀਡੀਓ 'ਚ ਰੇਟ ਹੋਏਗਾ ਇਨਸ਼ਾਅੱਲਾ, ਉਂਝ ਹੀ ਅੱਲਾ ਚਾਹੇ ਨਿਕਲ ਜੇ। ਕੜਾ ਕੀ ਹੋਈਆਂ ਨੇ ਇਨਸ਼ਾਅੱਲਾ, ਜਿਹੋ ਜਿਹਾ ਰੇਟ ਹੈ, ਜਿਹੋ ਜਿਹੀ ਨਸਲ ਹੈ, ਅੱਲਾ ਹੈ ਰੱਖੇ। ਕੱਚੀ ਹੈ, ਤਿਆਰ ਹੋਈ ਬੱਚੀ, ਢਾਈ ਦੀ ਹੈ। ਠੀਕ ਹੈ ਜੀ। ਇਹ ਨੰਬਰ 1 ਤੇ ਚੈੱਕ ਕਰਾਈਏ, 1,90,000 ਕਿਹਾ ਜੀ? ਹਾਂਜੀ। ਠੀਕ ਹੈ ਜੀ। ਅੱਗੇ ਆ ਗਈ ਜੀ ਨੰਬਰ 2 ਤੇ, ਭਾਈ ਜਮੀਨ ਸਾਹਿਬ ਦਾ ਚਿਹਰਾ ਸਾਹਮਣੇ ਕਰੋ। ਹਾਂ, ਇਹ ਵੀ ਚੁੰਗੀ ਕੰਨ ਮਾਸ਼ਾਅੱਲਾ ਜੀ, ਦੋਸਤਾਂ ਵੇਖ ਲੈਣੇ ਨੇ, ਜਰਸੀ 'ਚ ਕਰਾਸ ਹੈ ਜੀ? ਹਾਂਜੀ। ਠੀਕ ਹੈ। ਕਾਲੇ ਥਣ ਲੱਗੇ ਨੇ, ਖਿਲਾਰੋ ਭਾਈ ਜਮੀਨ, ਜਾ ਅੱਗੇ ਕਰ ਲੈਂਦੇ ਹੋ ਭਈਆ ਜੀ, ਜਾ ਲੈ ਆਇਓ ਜੀ। ਭਈਆ ਆ ਗਏ ਨੇ ਮੈਦਾਨ 'ਚ ਭਾਈ, ਭਈਆ ਸਾਹਿਬ ਆ ਗਏ ਨੇ ਮੈਦਾਨ 'ਚ, ਭਈਆ ਸਾਹਿਬ ਨੂੰ ਯਾਦ ਕਰਨੇ ਆ, ਟੋਰੋ ਭਈਆ ਜੀ। ਭਾਈ ਵਿਕਾਸ ਸਾਹਿਬ, ਕਿੰਨਵਾਂ ਸੂਆ ਤੇ ਕਿੱਦਾਂ ਦੀ ਸੂਈ ਹੈ? ਭਾਈ ਫਰਾਜ਼, ਸੂਆ ਤੀਸਰਾ ਜੇ ਸੂਈ ਨੂੰ ਦਿਨ ਹੋ ਗਿਆ ਜੀ, 8 ਤੋਂ 9। ਠੀਕ ਹੈ ਜੀ। ਗਾਂ ਨੰਬਰ 2 ਭਾਈ, ਇੱਥੇ ਜ਼ਰਾ ਹੁਣ ਸਿੱਧੀ ਕਰਕੇ ਖਿਲਾਰੋ। ਇਹ 8 ਤੋਂ 9 ਦਿਨ ਹੋ ਗਏ ਨੇ, ਸੂਆ ਤੀਸਰਾ ਸੂਈ ਹੈ ਮਾਸ਼ਾਅੱਲਾ ਜੀ। ਜਰਸੀ ਤੇ ਕਿਹਦਾ ਕਰਾਸ ਹੈ ਭਾਈ ਵਿਕਾਸ? ਹੈ ਜਰਸੀ ਤੇ ਬਲੈਤੀ ਕਰਾਸ। ਭਾਈ ਵਿਕਾਸ, ਭਾਈ ਜਮੀਲ ਸਾਹਿਬ ਆਪੀ ਪਰਲੀ ਸਾਈਡ ਤੇ ਹੋ, ਜਰਸੀ ਤੇ ਕਿਹਦਾ ਕਿਹਾ ਜੇ? ਬਲੈਤੀ।
ਜਰਸੀ ਤੇ ਵਲੈਤੀ ਕ੍ਰਾਸ ਮਾਸ਼ਾਅੱਲਾ ਜੀ, ਸੂਆ ਤੀਸਰਾ, ਦੁੱਧ ਕਿੰਨਾ ਦੇ ਰਹੀ? ਦੁੱਧ 12 ਪਲੱਸ। ਠੀਕ ਹੈ, ਇਹ 12 ਕਿਲੋ ਤੋਂ ਜ਼ਿਆਦਾ 12 ਕਿਲੋ ਦੀ ਗਰੰਟੀ ਹੋ ਸਕਦੀ ਹੈ ਇਨਸ਼ਾਅੱਲਾ। ਠੀਕ ਹੈ ਜੀ, ਇਹ ਜਿਹੜਾ ਦੁੱਧ ਦੱਸ ਦਿਓ ਫਿਰ ਟੋਟਲ ਬੱਚੇ ਸਮੇਤ? ਬੱਚੇ ਸਮੇਤ। ਪਿੱਛੇ ਜਾ ਕੇ ਭਾਈ ਇਹਦੇ ਬੱਚੇ, ਪਿੱਛੇ ਦੇ ਬੱਚੀ ਨਾੜੂ ਵਾਲੇ ਵੀ ਸਾਹਮਣੇ ਨਜ਼ਰ ਆਉਂਦਾ ਪਿਆ, ਦਿਨ ਦੱਸੇ ਜੇ 8 ਤੋਂ 9। ਹਾਂਜੀ ਠੀਕ ਹੈ ਜੀ, ਜਰਸੀ ਕ੍ਰਾਸ ਜਿਹੜਾ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ, ਇਹ ਵੀ ਚੁੰਗੀ ਸੂਆ ਤੀਸਰਾ। ਭਾਈ ਜੀ ਜਾ ਕੇ ਲਾਓ ਜੀ, ਪਿੱਛੇ ਦੇ ਬੱਚੀ ਬੱਚੀ ਦੋਸਤਾਂ ਫਿਰ ਚੈੱਕ ਕਰਨੀ ਹੈ, ਗਾਂ ਨੰਬਰ 2 ਸੂਆ ਤੀਸਰਾ ਸੂਈ ਹੈ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ ਥਣ ਦੋਸਤਾਂ ਫਿਰ ਵੇਖਣੇ ਨੇ, ਬਰੀਡ 6 ਹੈ ਕ੍ਰਾਸ 6 ਹੈ ਅਤੇ 12 ਕਿਲੋ ਤੋਂ ਦੁੱਧ ਜ਼ਿਆਦਾ ਲੇਕਿਨ 12 ਕਿਲੋ ਦੀ ਗਰੰਟੀ ਹੋਏ ਦੀ ਜੀ। ਭਾਈ ਵਿਕਾਸ ਸਾਹਿਬ, ਗਾਂ ਨੰਬਰ 2 ਦਾ ਰੇਟ? ਭਾਈ ਫਿਲਹਾਲ ਗਾਂ ਨੰਬਰ 2 ਦਾ 2,30,000 ਰੁਪਏ ਦੀ, 2,30,000 ਰੁਪਏ ਦੀ, ਯਾਨੀ ਕਿ ਵਿਕਾਸ ਹੈ ਦਰ ਆ ਗਿਆ ਅਤੇ ਛਾ ਗਿਆ ਇਨਸ਼ਾਅੱਲਾ। ਠੀਕ ਹੈ, ਜ਼ਿੰਦਾ ਵਧੀਆ ਦੁਆਵਾਂ ਨਾਲ ਹੈ ਲਾ, ਫਿਰ ਵੀ ਜਿਹੜਾ ਦੋਸਤ ਰਾਬਤਾ ਕਰੇ ਜਿੰਨਾ ਹੋ ਸਕਦਾ ਪਿਆਰ ਮੁਹੱਬਤ ਕਮੀ ਵਿੱਚ, ਭਾਈ ਦੋਸਤ ਨੇ ਬੜਾ ਟਾਈਮ ਟੂ ਟਾਈਮ ਨੇ ਡਾਕਾ ਨਹੀਂ ਹੈਗਾ ਗਾ। ਠੀਕ ਹੈ, ਨਾ ਹੀ ਕੋਈ ਮੇਰੀ ਗਾਈ ਡਾਕੇ ਵਾਲੀ ਕਿਤੋਂ ਵੀ ਲਿਆ ਕੇ ਵੀਡੀਓ 'ਚ ਪਾਈ ਹੋਈ ਉਹ ਗਾਈ ਫਰੀ ਦਵਾ ਦਾ, ਜ਼ਿੰਦਾਬਾਦ, ਕੋਈ ਵੀ ਭਰਾ ਸਾਬਲ ਕਰ ਜੀ, ਬਿਹਤਰ ਹੋ ਗਿਆ। ਹਾਂਜੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਖੂਬਸੂਰਤੀ ਦੋਸਤਾਂ ਵੇਖਣੀ ਹੈ ਵੀ ਪਹਿਲਾਂ ਨੇ, ਹਾਂਜੀ 6 ਦੰਦ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ, ਪ੍ਰਿੰਟ ਸੋਹਣਾ, ਵੈੜ ਨੰਬਰ 3 ਤੇ ਛਿੱਗੀ ਮਾਸ਼ਾਅੱਲਾ ਜੀ ਸੂਈ ਹੈ ਜੀ। ਹਾਂਜੀ, ਥਣ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਮਾਸ਼ਾਅੱਲਾ ਜੀ। ਭਾਈ ਵਿਕਾਸ ਸਾਹਿਬ ਕਿਦਾਂ ਦੀ ਸੂਈ ਹੈ? ਭਾਈ ਫਰਾਜ ਨੂੰ ਸੂਈ ਹੋ ਗਏ ਨੇ ਦਿਨ 4 ਤੋਂ 5। ਠੀਕ ਹੈ, ਬੋਲੇ ਤੇ ਜੀ ਤਕਰੀਬਨ, ਹਾਂਜੀ 5 ਕੁ ਦਿਨ ਹੋ ਗਏ ਨੇ। ਭਾਈ ਜਮੀਲ ਸਾਹਿਬ ਟੋਰੋ ਜੀ, ਲਿਬਾਸ ਦੋਸਤਾਂ ਵੇਖ ਲੈਣਾ, 6 ਦੰਦ ਪਹਿਲਾਂ ਵੈੜ ਨੰਬਰ 3 ਤੇ ਆ ਗਈ ਮਾਸ਼ਾਅੱਲਾ ਜੀ, ਤੇ ਕਿੰਨਾ ਕੁ ਬੋਲਾ ਇਹਦੇ ਕੋਲ ਭਾਈ ਵਿਕਾਸ ਸਾਹਿਬ? ਭਾਈ ਫਰਾਜ ਕੋਲ ਬੋਲਾ 12 ਪਲੱਸ। ਠੀਕ ਹੈ, ਇਹ 12 ਕਿਲੋ ਹੈਲੋ ਜੀ, ਸ਼ਰਾਫਤ ਵੀ ਵੇਖਣੀ ਮਾਸ਼ਾਅੱਲਾ ਜੀ। ਜਮੀਲ ਸਾਹਿਬ ਦੇ ਹੱਥਾਂ ਜੀ ਕੋਈ ਕਮਾਲ ਹੈ ਜਾਂ ਜਾਨਵਰ? ਦੁੱਧ ਵੀ ਚਿੱਟਾ ਭਾਈ, ਕੱਢੋ ਥੋੜ੍ਹਾ ਹੋਰ ਫਿਰ ਕੱਢੋ, ਦੋਸਤਾਂ ਨੂੰ ਪੂਰੀ ਤਸੱਲੀ ਕਰਾਈਏ, ਲਿਆ ਹਾਂ ਲੋ ਜੀ ਦੋਸਤ। ਠੀਕ ਹੈ ਜੀ, ਇਹ ਫਿਲਹਾਲ ਬੋਲੇ ਤੇ ਪਹਿਲਾਂ 6 ਦਾ ਮਾਸ਼ਾਅੱਲਾ ਜੀ। ਭਈਆ ਜੀ ਕੀ ਹੈ ਪਿੱਛੇ ਦੇ? ਭਈਆ ਜੀ ਜਾ ਕੇ ਕਰੋ, ਹਾਂ ਖਿਲਾਰ ਹੈ ਭਾਈ ਇੱਥੇ। ਲੋ ਜੀ ਦੋਸਤੋ, ਪਿੱਛੇ ਦੇ ਬੱਚਾ ਵੈੜ ਨੰਬਰ 3 ਪਹਿਲਾਂ ਨੇ ਮਾਸ਼ਾਅੱਲਾ ਜੀ, ਚਿਹਰਾ ਦੋਸਤਾਂ ਫਿਰ ਵੇਖ ਲੈਣਾ, ਬਰੀਡ ਕੀ ਹੈ ਭਾਈ ਵਿਕਾਸ ਦੀ? ਬਲੈਤੀ ਤੇ ਜਰਸੀ ਜੀ, ਜਰਸੀ ਦੇ ਕ੍ਰਾਸ ਹੈ ਵੀ, ਬਲੈਤੀ ਤੇ ਚੋਲਸਤਾਨੀ ਦਾ ਕਾਟ। ਠੀਕ, ਜਰਸੀ ਤੇ ਚੋਲਸਤਾਨੀ ਕ੍ਰਾਸ ਹੈ ਭਾਈ ਜਮੀਲ, ਅਸੀਂ ਸਿੱਧੀ ਕਰੋ ਜ਼ਰਾ, ਇਸ ਸਾਈਡ ਤੇ ਲਿਆਓ ਤੁਸੀਂ, ਅਸੀਂ ਉਧਰੋਂ ਅੱਗੇ ਬਣਾਉਂਦੇ ਹਾਂ, ਇਸ ਸਾਈਡ ਤੇ ਲਿਆਓ ਜ਼ਰਾ ਹਾਈਟ ਦੋਸਤਾਂ ਨੂੰ ਚੈੱਕ ਕਰੋ ਭਾਈ ਜੀ, ਜਾ ਕੇ ਕਰੋ 4 ਭਾਈ ਯਾਰ, ਅਸਲ ਚ ਅੱਜ ਨਾ ਕੇ ਨਹੀਂ ਨਾ ਆਇਆ ਠੰਡ ਤਾਂ ਵਾਸਤੇ, ਠੰਡ ਪਿਛਲੀ ਵੀਡੀਓ ਚ ਨਾਤੇ ਹਨ, ਠੰਡ ਬਣਾ ਕੇ ਇਸ ਦਫਾ ਨਾ ਅੰਡੇ ਨਹੀਂ ਖਵਾਲੇ ਗਏ ਇਹਨਾਂ ਨੂੰ, ਠੰਡ ਬਣਾ ਕੇ ਚੋ ਗਏ ਜੀ, ਠੰਡ ਬਣਾ ਕੇ ਦੀ ਨਾ ਭਾਈ, ਜੀ ਗੱਦੀ ਨਹੀਂ, ਅੰਡਾ ਹੋਈ ਮਹਿੰਗਾ ਗਿਆ, ਇੱਕ ਅੰਡਾ ਤੇ ਘਾਟਾ ਲੱਭਦਾ ਨਹੀਂ ਪਿਆ ਸਰਦੀ ਦੇ ਵਿੱਚ, ਖਿਲਾਰੇ ਭਾਈ ਇਹ ਬੋਲੇ ਤੇ ਮਾਸ਼ਾਅੱਲਾ ਜੀ, ਜਰਸੀ ਤੇ ਚੋਲਸਤਾਨੀ ਕਰਾਸ, ਹਾਂਜੀ ਮੂੰਹ 6 ਦੰਦ ਦੇ ਭਾਈ ਫਰਾਜ, 6 ਦੰਦ ਮਾਸ਼ਾਅੱਲਾ ਜੀ, ਪਿੱਛੇ ਦੇ ਬੱਚਾ ਪ੍ਰਿੰਟ ਸੋਹਣਾ, ਥਾਂ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਆ, ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ, ਟੋਰੋ ਭਈਆ ਜੀ ਟੋਰੋ, ਲੈ ਚਲੋ ਭਾਈ ਜਮੀਲ ਤੁਸੀਂ, ਭਈਆ ਜੀ ਆਇਓ ਤੁਸੀਂ ਮਗਰ ਮਗਰ ਆਓ ਭਾਈ ਵਿਕਾਸ ਸਾਹਿਬ, ਵੈੜ ਨੰਬਰ 3 ਦਾ ਰੇਟ ਲਾਓ ਭਾਈ, ਫਿਰ ਵੈੜ ਨੰਬਰ 3 ਦਾ 2,40,000 ਰੁਪਏ ਦੀ, 2,40,000 ਰੁਪਏ, ਹਾਂਜੀ ਜ਼ਿੰਦਾਬਾਦ। ਲਓ ਜੀ ਦੋਸਤੋ, ਇਹ ਨੰਬਰ 3 ਤੇ ਚੈੱਕ ਕਰਾਈ, ਭਾਈ ਤੇ ਕਹਿ ਰਹੇ ਨੇ 5 ਹੋਰ ਡੋਲ ਕਰ ਦੋ, ਮੈਂ ਨਾ ਜਨਾਬ ਜਿੰਨੇ ਦਿਲ ਕਰਦਾ ਕਿੰਨਾ ਹੁੰਦਾ ਪੈਂਦੀ ਹੈ ਤੁਹਾਡੀ ਮਿਹਰਬਾਨੀ, ਆਟਾ ਦੇ ਅੰਡੇ ਕਿੰਨੇ ਮਹਿੰਗੇ ਹੋ ਗਏ, ਗਾਈਆਂ ਸੱਤੀਆਂ ਘਰ ਛੱਡਦੇ ਆ। ਲਓ ਜੀ ਦੋਸਤੋ, 2,40 ਤੈਯਬ ਸਾਹਿਬ ਨੇ ਰਿਕੁਐਸਟ ਕੀਤੀ ਹੈ ਭਾਈ ਵਿਕਾਸ ਸਾਹਿਬ ਨੂੰ, 5,000 ਮਜ਼ੀਦ ਲੈਸ ਹੋ ਗਿਆ, ਇਹ ਹੁਣ 2,35,000 ਦੇ ਜਿਹੜੇ ਦੋਸਤ ਵੇਚਦੇ ਨੇ ਉਹਨਾਂ ਅੱਗੇ ਗੁਜ਼ਾਰਿਸ਼ ਕਿ ਭਾਈ ਵਿਕਾਸ ਨੂੰ ਫਜ਼ੂਲ ਤੰਗ ਨਹੀਂ ਕਰਨਾ, ਦੋਸਤ ਭਾਈ ਭਰਾ ਜਿਹੜਾ ਦੱਸਿਆ ਹੈ ਨਾ ਇਨਸ਼ਾਅੱਲਾ ਉਹੀ ਹੋਏ, ਤਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਭਾਈ ਦੁੱਧ ਦੇ ਮਾਮਲੇ 'ਚ ਹੇਰਾ ਫੇਰੀ ਨਹੀਂ, ਜ਼ਿੰਦਾਬਾਦ ਸਰ, ਸੋਹਣੀ ਗੱਲ ਹੈ ਕਿਉਂਕਿ ਦੋਸਤ ਇਤਮਾਦ ਕਰਦੇ ਨੇ, ਲੈਣਾ ਉਹ ਟੋਕ ਕੇ ਲੈ ਲੈਣਾ ਮਰਜ਼ੀ ਨਾਲ ਮਾਲ ਵੇਚਣਾ ਜੀ ਜੀ, ਲੇਕਿਨ ਝੂਠ ਨਹੀਂ ਰਚਣਾ। ਠੀਕ ਹੈ ਹਾਂਜੀ, ਲਿਆਓ ਜੀ ਅੱਗੇ ਭਾਈ, ਵਿਕਾਸ ਤੁਸੀਂ ਜਾ ਬੰਦ ਹੋ ਜ਼ਰਾ ਨਜ਼ਾਰਾ ਕਰਵਾ ਲਈਏ, ਦੋਸਤ
ਇਹ ਪਹਿਲਵਾਨ ਚੀਜ਼ ਆ ਗਈ ਹੈ, ਭੁੱਖਾ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਨੰਬਰ 4 ਤੇ ਆ ਗਈ ਹੈ ਜੀ। ਇਹ ਲਿਬਾਸ ਦੋਸਤਾਂ ਚੈੱਕ ਕਰਨਾ, ਚੀਜ਼ ਅੱਛੀ ਹੈ, ਹੈ ਵੀ ਸਿਹਤਮੰਦ ਹੈ। ਭਾਈ ਜਮੀਲ ਸਾਹਿਬ ਇਸ ਸਾਈਡ 'ਚ ਲਿਆਓ ਅਤੇ ਜਾ ਕੇ ਕਰਾਓ ਭਾਈ, ਭਾਈ ਜੀ ਅੱਗੇ ਲਿਆਓ ਜਾ ਜੀ। ਭਾਈ ਵਿਕਾਸ ਸਾਹਿਬ ਕਿੰਨਵਾਂ ਸੂਆ ਇਹਦਾ? ਦੂਸਰਾ ਜੀ, ਸੂਆ ਦਾ ਦੂਸਰਾ ਮਾਸ਼ਾਅੱਲਾ ਜੀ। ਕਿੱਦਾਂ ਦੀ ਸੂਈ ਹੈ? ਇਹਨੂੰ ਸੂਈ ਨੂੰ ਹੋ ਗਏ ਦਿਨ 5 ਕੁ। 5 ਕੁ ਦਿਨ ਹੋ ਗਏ ਨੇ ਤੁਹਾਨੂੰ ਦੋਸਤਾਂ ਵੇਖ ਲੈਣੇ। ਇਹਨੇ ਲਿਬਾਸ ਚੈੱਕ ਕਰਨਾ ਕਿੰਨਾ ਕੁ ਦੁੱਧ ਦੇ ਕੋਲ? ਦੁੱਧ ਭਾਈ ਫਿਰ 14+। ਠੀਕ ਹੈ, 14+ ਟੋਟਲ ਬੱਚੇ ਸਮੇਤ? ਹਾਂਜੀ ਠੀਕ ਹੈ। ਇਹ 5 ਕੁ ਦਿਨ ਹੋ ਗਏ ਨੇ ਸੂਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ। ਜਾ ਕੀ ਹੈ ਭਈਆ ਜੀ ਪਿੱਛੇ ਦੇ? ਬੱਚਾ ਕਰੋ ਜ਼ਰਾ ਬੱਚਾ ਵੀ ਸਾਹਮਣੇ। ਲੋ ਦੋਸਤੋ ਪਿੱਛੇ ਦੇ ਬੱਚਾ, ਇਹ ਗਾਂ ਨੰਬਰ 4 ਸੂਆ ਦੂਸਰਾ ਸੂਈ ਹੈ। ਨਸਲ ਕੀ ਭਾਈ ਵਿਕਾਸ ਦੀ? ਰੈਡ ਫਰੀਜ਼ੀਅਨ ਤੇ ਚੋਲਸਤਾਨੀ ਦਾ ਕਰਾਸ ਹੈ। ਰੈਡ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ, ਬਰੀਡ ਦੀ ਵੀ ਅੱਛੀ ਮਾਸ਼ਾਅੱਲਾ ਜੀ। ਸੂਆ ਦੂਸਰਾ ਤੇ 14+ ਹੈ ਜੀ, 14 ਕਿਲੋ ਦੀ ਗਰੰਟੀ ਹੋਈ ਦੀ ਇਨਸ਼ਾਅੱਲਾ। ਠੀਕ ਹੈ ਜੀ, ਲੋ ਦੋਸਤੋ ਨਜ਼ਾਰਾ ਕਰੋ, ਚੀਜ਼ ਅੱਛੀ ਹੈ ਮਾਸ਼ਾਅੱਲਾ ਜੀ। ਪੁੱਠਾ ਵੀ ਦੋਸਤਾਂ ਵੇਖ ਲੈਣਾ, ਹੈ ਵੀ ਸਿਹਤਮੰਦ ਤੇ ਰੈਡ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ। ਚੋਲਸਤਾਨੀ ਵਿੱਚ ਕਰਾਸ ਆ ਗਿਆ। ਹੁਣ ਤਾਂ ਸਰਦੀ ਹੈ, ਕੋਈ ਗਰਮੀਆਂ 'ਚ ਗਰਮੀ ਵੀ ਨਹੀਂ ਕਰੇਗੀ। ਦੁੱਧ ਜਿਹੜਾ ਉਹ ਵੀ ਇਨਸ਼ਾਅੱਲਾ ਫੈਟ ਵਾਲਾ ਹੋਏਗਾ। ਸਨ ਦੋਸਤਾਂ ਫਿਰ ਵੇਖ ਲੈਣੇ ਮਾਸ਼ਾਅੱਲਾ ਜੀ ਸੋਹਣੇ। ਇਹ ਪਾਵਰਫੁਲ ਸਨ ਲੱਗੇ ਨੇ, ਪਿੱਛੇ ਦੇ ਬੱਚਾ ਸੀ। ਇਹ ਵੈੜ ਨੰਬਰ 4 ਜੀ ਭਾਈ ਵਿਕਾਸ ਸਾਹਿਬ, ਇਹ ਵੈੜ ਨੰਬਰ 4 ਦਾ ਰੇਟ? ਵੈੜ ਨੰਬਰ 4 ਭਾਈ ਫਰਾਜ਼ ਦਵਾਂਦੇ 2,80,000 ਰੁਪਏ ਦੀ। 2,00,000 4 ਦੇ ਚੈੱਕ ਕੀ ਭਾਈ ਫਰਾਜ਼? 14 ਕਿਲੋ ਦੁੱਧ ਮਿਨੀ ਹੈ ਨਾ, ਡੱਬਾ ਮਾਰੀਏ ਤੇ ਪਤਾ ਲੱਗਦਾ ਵੀ 14 ਕਿਲੋ ਦਾ ਬਾਜੀ ਕੀ ਹੁੰਦੀ ਹੈ। 7 ਕਿਲੋ ਜਿਹੜੀ ਟਾਈਮ ਤੇ ਨਿਕਾ ਰਹੇ। ਠੀਕ, 14 ਕਿਲੋ ਟੋਟਲ ਹੈ ਜੀ ਦੋਵਾਂ ਟਾਈਮਾਂ ਦਾ ਤੇ ਕੀਮਤ 2,00,000 ਤੇ 80,000 ਨੰਬਰ 4 ਤੇ ਚੈੱਕ ਕਰਾਈਏ। ਅੱਗੇ ਭਾਈ ਲਿਆਓ ਜ਼ਰਾ ਖਾਂਗੜ ਦੋਸਤਾਂ ਨੂੰ ਚੈੱਕ ਕਰਾਈਏ। ਲੋ ਜੀ ਦੋਸਤੋ, ਇਹ ਵੇ ਜੀ ਖਾਂਗੜ ਮੱਝ 8 ਕਿਲੋ ਦੁੱਧ ਹੈ। ਲਿਬਾਸ ਦੋਸਤਾਂ ਵੇਖ ਲੈਣ ਭਾਈ ਵਿਕਾਸ ਸਾਹਿਬ ਕਿੰਨਵਾਂ ਸੂਆ ਸੂਈ ਹੈ? ਚੁਆਈ ਦੀ ਕਿੰਨੀ ਕਰਦੇ ਹੋ? ਪਾੜੇ ਤੇ ਲਾਰੋ ਭਾਈ, ਪਾੜੇ ਤੇ ਇਹ ਦੋਵੇਂ ਟਾਈਮ ਹੀ? ਦੋਨੋਂ ਟਾਈਮ ਟੀਕਾ ਤੇ ਨਹੀਂ ਲਾਣਾ ਪੈਂਦਾ? ਨਹੀਂ ਨਹੀਂ ਜੀ, ਕੋਈ ਟੀਕਾ ਨਹੀਂ। ਲੋ ਜੀ ਦੋਸਤੋ, ਥਾਣਵੀਏ ਦੇ ਵੇਖ ਲੈਣੇ ਨੇ ਸੂਆ ਤੀਸਰਾ। 3 ਕੁ ਮਹੀਨੇ ਹੋ ਗਏ ਨੇ, 8 ਕਿਲੋ ਦੁੱਧ ਹੈ। ਨੀਤ ਤੇ ਕੋਲੀ ਵੀ ਦੋਸਤਾਂ ਵੇਖ ਲੈਣੀ ਭਾਈ, ਇਹਦਾ ਚਿਹਰਾ ਵੀ ਸਾਹਮਣੇ ਕਰੋ ਜੀ। ਇਹ ਜਸਾਮ ਚੈੱਕ ਕਰਨੀ ਹੈ। ਇਹ ਖਾਂਗੜ ਮੱਝ 8 ਕਿਲੋ ਦੁੱਧ ਭਾਈ ਲੈ ਚਲੋ ਜੀ। ਤੇ ਚੁਆਈਏ ਦੀ ਦੋਵੇਂ ਟਾਈਮ ਪਹਾੜੇ ਤੇ ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ। ਤੇ ਲਿਬਾਸ ਦੋਸਤਾਂ ਫਿਰ ਚੈੱਕ ਕਰਨਾ ਜੀ। ਠੀਕ ਭਾਈ ਲੈ ਚਲੋ ਜੀ, ਪੁੱਠਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਤੇ ਰੇਟ ਇਨਸ਼ਾਅੱਲਾ ਦਾ ਵੀ ਜਿਹੜਾ ਵੇ ਉਹ ਮੁਨਾਸਬ ਹੀ ਹੋਏਗਾ ਜੀ। ਭਾਈ ਵਿਕਾਸ ਸਾਹਿਬ, ਇਹ ਮੱਝ ਨੰਬਰ 1 ਦਾ ਰੇਟ ਭਾਈ ਫਰਾ? ਮੱਝ ਜਮਾਂ ਦੇ 1,75,000 ਰੁਪਏ ਦੀ। 1,75,000 ਰੁਪਏ ਦੀ ਠੀਕ ਹੈ। ਇਹ ਦੁੱਧ 8 ਕਿਲੋ ਦੀ ਇਨਸ਼ਾਅੱਲਾ ਕਰੇ, ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। ਠੀਕ ਹੈ, ਇਹ ਨੰਬਰ 1 ਤੇ ਚੈੱਕ ਕਰਾਈਏ, ਖਾਂਗੜ ਸੂਆ ਤੀਸਰਾ ਸੂਈ ਹੈ। 8 ਕਿਲੋ ਦੁੱਧ ਤੇ ਉਂਝ ਵੀ ਮਾਸ਼ਾਅੱਲਾ ਜੀ ਪਹਿਲਵਾਨ ਹੈ, ਜਿਹਨੇ ਕਿਹਾ ਵੀ ਇਹ ਲਹੂ ਪਾਣੀ 'ਚ ਵੀ। ਠੀਕ ਹੈ, ਸਾਡੇ ਚੰਗਾ ਹਰ ਚੀਜ਼ ਅੱਛੀ ਹੈ। ਠੀਕ, ਅੱਗੇ ਆ ਗਈ ਹੈ ਜੀ ਨੰਬਰ 2 ਤੇ। ਠੀਕ ਹੈ ਭਾਈ ਲੈ ਚਲੋ ਜੀ, ਆ ਸੂਈ ਹੈ। ਨਹੀਂ ਜੀ ਤਿਆਰ ਹੈ। ਠੀਕ, ਗੱਬਣ ਭਾਈ, ਸਲੋ ਸਲੋ, ਚੀਜ਼ ਅੱਛੀ ਹੈ, ਜ਼ਰਾ ਸਲੋ ਟੋ ਰਿਹਾ ਜੀ। ਭਾਈ ਵਿਕਾਸ ਸਾਹਿਬ ਕਿੰਨਵਾਂ ਸੂਆ ਨੇ ਸੁਣਿਆ? ਦੂਸਰਾ ਭਾਈ ਫਰਾਜ਼, ਸੂਆ ਦੂਸਰਾ ਸੁਣਿਆ। ਚੀਜ਼ ਮਾਸ਼ਾਅੱਲਾ ਜੀ ਸਿਹਤਮੰਦ ਹੈ, ਹੈ ਵੀ ਖੂਬਸੂਰਤ। ਦਿਨ ਕਿੰਨੇ ਕੁ ਲੈ ਰਹੀ ਹੈ? ਦਿਨ ਭਾਈ ਜੀ ਫਰਾਜ਼ ਲੈ ਦੇ 3-4 ਲੈ ਲੈ, 5 ਦਿਨ ਲੈ ਲੈ। ਭਾਈ ਜਮੀਲ ਸਾਹਿਬ ਇਸ ਸਾਈਡ ਤੇ ਲਾਓ ਜੀ। ਇਹ ਗੱਬਣ ਹੈ 3-4 ਦਿਨ ਲੈਂਦੀ ਵੀ, ਜਿਹੜੇ ਦਿਨ ਦੱਸੀ ਦੇ ਨੇ ਫਿਕਸ ਨਹੀਂ ਹੁੰਦੇ, ਕੋਈ 2-4 ਦਿਨ ਉੱਤੇ ਥੱਲੇ ਹੋ ਸਕਦਾ। ਭਾਈ ਜਮੀਲ ਸਾਹਿਬ ਸਿੱਧੀ ਕਰਕੇ ਖਿਲਾਰੋ ਜੀ। ਨੰਬਰ 2 ਤੇ ਆ ਗਈ, ਸੂਆ ਵੀ ਦੂਸਰਾ ਸੋਹਣਾ, ਚਿਹਰਾ ਦਾ ਸਾਹਮਣੇ ਕਰਿਓ ਜੀ। ਸਿੰਘਾਂ ਦੀ ਜ਼ਰਾ ਸਾਦੀ ਹੈ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ। ਥਣ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ, ਖਿਲਾਰੇ ਭਾਈ ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਖਾਣ ਵੀ ਦੋਸਤਾਂ ਵੇਖਣੇ ਨੇ, ਤੋਰੋ ਭਾਈ ਜੀ। ਛੋਟੀ ਨੰਬਰ 2 ਅੱਡੀ ਵੀ ਦੋਸਤਾਂ ਚੈੱਕ ਕਰ ਲੈਣੀ ਮਾਸ਼ਾਅੱਲਾ ਜੀ, ਤੇ 3-4 ਦਿਨ ਲੈਂਦੀ ਹੈ ਭਾਈ। ਭਾਈ ਆ ਜੀ ਤੁਸੀਂ ਆ ਖੋਲੋ ਆ ਨੰਬਰ 3 ਵਾਲੀ। ਲੋ ਜੀ ਦੋਸਤ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਨਜ਼ਾਰਾ ਦੋਸਤਾਂ ਕਰ ਲੈਣਾ, ਚੀਜ਼ ਅੱਛੀ ਹੈ ਜੀ। ਭਾਈ ਵਿਕਾਸ ਸਾਹਿਬ ਝੋਟੀ ਨੰਬਰ 2 ਦਾ ਰੇਟ? ਭਾਈ ਫਰਾਜ਼ ਝੋਟੀ ਜਿਹੜਾ ਕੋਈ ਭਰਾ ਰਾਤ ਤੱਕ ਰਹੇਦਾ ਨਾ, ਤੇ ਉਹਦੇ ਨਾਲ ਆਪਣਾ ਜਿਵੇਂ ਕਿ ਇਹਦਾ ਪਿਆਰ ਮੁਹੱਬਤ ਨਾਲ ਘਰ ਲਾ ਲੈ। ਠੀਕ ਹੈ, ਅਜੇ ਤਿਆਰ ਨਹੀਂ, ਮੁਕੰਮਲ ਸੂਈ ਨਹੀਂ,
ਠੀਕ ਹੈ ਤੇ ਇਨਸ਼ਾਅੱਲਾ ਕੱਚੀ ਹਲੇ ਕੱਚੀ ਯਾਨੀ ਕਿ ਪੈਸੇ ਭਰ ਕੇ ਆਏ ਹੋ ਚੰਗੇ ਭਰ ਕੇ ਆਏ ਬਿਲਕੁਲ ਜਨਾਬ ਠੀਕ ਹੈ ਲੋ ਦੋਸਤੋ ਭਾਈ ਭਰਾਤ ਆਪ ਦੀ ਤੀਏ ਝੋਟੀ ਪਿਛਲੇ ਸੋਏ ਜੀ ਠੀਕ ਹੈ ਇਹਦੀ ਗਰੰਟੀ ਹੈ 20 ਸਿਰ ਦੀ ਮਾਸ਼ਾਅੱਲਾ ਪਿਛਲੇ ਸੋਏ ਚੰਗਾ ਦੁੱਧ ਦਿੰਦੀ ਰਹੀ ਅੱਲਾ ਦਾ ਹੁਕਮ ਨਾਲ ਤਾਂ ਲਿਆਂਦੀ ਹੈ ਮੈਂ ਜ਼ਿੰਦਾਬਾਦ ਲੋਏ ਦੋਸਤੋ ਯਾਨੀ ਕਿ ਭਾਈ ਇਹਨਾਂ ਦਾ ਤਸੱਲੀ ਵਾਲਾ ਜਾਨਵਰ ਹੈ ਇਹ ਨੰਬਰ 2 ਤੇ ਚੈੱਕ ਕਰਾਈਏ ਗੱਬਨ ਝੋਟੀ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਨੰਬਰ ਸਕਰੀਨ 'ਤੇ ਆ ਰਹੇ ਨੇ ਦੋਸਤ ਰਾਬਤਾ ਕਰ ਸਕਦੇ ਨੇ ਝੋਟੀ ਨੰਬਰ 2 ਮਾਸ਼ਾਅੱਲਾ ਜੀ ਅੱਗੇ ਭਾਈ ਲੈ ਆਓ ਜੀ ਨੰਬਰ 3 ਵਾਲੀ ਜੀ ਭਾਈ ਵਿਕਾਸ ਸਾਹਿਬ ਕਿੰਨਵਾਂ ਸੁਆ ਸੂਈ ਹੈ ਭਾਈ ਫਰਾਜ਼ ਦੂਸਰਾ ਜੇ ਸੁਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ ਹਾਂਜੀ ਝੋਟੀ ਨੰਬਰ 3 ਕਿਦਨ ਦੀ ਸੂਈ ਹੈ ਭਾਈ ਫਰਾਜ਼ ਇਹ ਤਕਰੀਬਨ ਹੋ ਗਏ ਇਹਨੂੰ 35-40 ਦਿਨ 35-40 ਦਿਨ ਹਾਂ ਯਾਨੀ ਕਿ ਤਕਰੀਬਨ 1.5 ਮਹੀਨਾ ਹੀ ਹੋ ਗਿਆ ਆ 1.5 ਲਾ ਲਓ 5 ਵਧਾ ਲਓ ਤੁਸੀਂ ਵਧੇ ਚੰਗੇ ਹੁੰਦੇ ਨੇ ਘਟੇ ਚੰਗੇ ਨਹੀਂ ਹੁੰਦੇ ਇਹ ਤਾਂ ਗੱਲ ਹੈ ਠੀਕ ਹੈ ਜੀ 35-40 ਦਿਨ ਹੋਏ ਨੇ ਇਹ ਸੁਆ ਦੂਸਰਾ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਭਾਈ ਫਰਾਜ਼ 12 ਪਲੱਸ ਹੋਏ ਦਾ ਇਨਸ਼ਾਅੱਲਾ ਖਿਲਾ ਰਹੇ ਭਾਈ 12 ਕਿਲੋ ਦੀ ਗਰੰਟੀ ਦੇ ਸਕਦੇ ਹਾਂ 12 ਕਿਲੋ ਮੁਕੰਮਲ ਗਰੰਟੀ ਸ਼ੁਦਾ ਠੀਕ ਹੈ ਭਈਆ ਜੀ ਕੀ ਪਿੱਛੇ ਦੇ ਕੱਟਾ ਠੀਕ ਹੈ ਪਿੱਛੇ ਦੇ ਕੱਟਾ ਥਾਲ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਸੁਆ ਦੂਸਰਾ ਸੋਈ ਹੈ ਤੇ ਧੁੰਨੀਆਂ ਵੀ ਨਾ ਹੋਣ ਦੇ ਬਰਾਬਰ ਹੈ ਮਾਸ਼ਾਅੱਲਾ ਜੀ ਝੋਟੀ ਨੰਬਰ 3 ਭਾਈ ਇਹਦਾ ਚਿਹਰਾ ਵੀ ਸਾਹਮਣੇ ਕਰ ਦਿਓ ਜੀ ਲੋਏ ਦੋਸਤੋ ਚਿਹਰਾ ਵੇਖ ਲੈਣਾ ਮਾਸ਼ਾਅੱਲਾ ਜੀ ਪਿੱਛੇ ਦੇ ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾਉਂਦੇ ਆ ਢੋਰੇ ਭਾਈ ਲੰਮੀ ਰਾਹ ਕਟੋ ਰਿਓ 35-40 ਦਿਨ ਹੋ ਗਏ ਨੇ ਲਿਬਾਸ ਦੋਸਤਾਂ ਫਿਰ ਚੈੱਕ ਕਰਨਾ ਥਣ ਸੋਹਣੇ ਲੱਗੇ ਨੇ ਮਾਸ਼ਾਅੱਲਾ ਜੀ ਪਾਵਰਫੁਲ ਪੁੱਛਾ ਵੀ ਦੋਸਤਾਂ ਵੇਖਣਾ ਭਈਆ ਜੀ ਜਾ ਕੇ ਚੈੱਕ ਕਰਾ ਦਿਓ ਲੋਏ ਦੋਸਤੋ ਪਿੱਛੇ ਆ ਕੱਟਾ ਮਾਸ਼ਾਅੱਲਾ ਜੀ ਹੋਰ ਭਈਆ ਜੀ ਮੀਆਂ ਮੀਆਂ ਲੋਏ ਦੋਸਤੋ ਪੁੱਠਾ ਵੀ ਚੈੱਕ ਕਰਨਾ ਚੀਜ਼ ਅੱਛੀ ਹੈ ਮਾਸ਼ਾਅੱਲਾ ਜੀ ਥਣ ਦੋਸਤਾਂ ਫਿਰ ਵੇਖਣੇ ਨੇ ਸਭ ਤੋਂ ਵੱਡੀ ਗੱਲ ਇਹ ਕਿ ਭਾਈ ਵਿਕਾਸ ਸਾਹਿਬ ਨੇ ਜ਼ਿਕਰ ਕੀਤਾ ਆਰਡੀ ਕੇ ਡੱਕਾ ਵਗੈਰਾ ਕੋਈ ਨਹੀਂ ਜੋ ਹਕੀਕਤ ਹੈ ਦੋਸਤਾਂ ਦੇ ਸਾਹਮਣੇ ਸੁਆ ਦੂਸਰਾ ਸੂਈ ਹੈ 12 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਝੋਟੀ ਨੰਬਰ 3 ਜੀ ਭਾਈ ਵਿਕਾਸ ਸਾਹਿਬ ਝੋਟੀ ਨੰਬਰ 3 ਦਾ ਰੇਟ ਭਾਈ ਸਾਹਿਬ 2,95,000 ਰੁਪਿਆ 2,95,000 ਰੁਪਿਆ ਦੁੱਧ ਦੀ ਇਨਸ਼ਾਅੱਲਾ ਗਰੰਟੀ ਹੋਏ ਪੱਕੀ ਠੀਕ ਹੈ ਹਾਂਜੀ ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ ਦੋਸਤ ਲਾਚੇ ਖੁਸ਼ ਰਹਿਣ ਦੁਆਵਾਂ 'ਚ ਯਾਦ ਰੱਖਣ ਠੀਕ ਹੈ ਤੇ ਆਪਣੇ ਘਰ ਦੀ ਖਾਈ ਉਹਦਾ ਹੀ ਮਜ਼ਾ ਹੈ ਹੱਕ ਨਹੀਂ ਕਿਸੇ ਦਾ ਖਾਣਾ ਚਾਹੀਦਾ ਜ਼ਿੰਦਾਬਾਦ ਜ਼ਿੰਦਗੀ ਜਿਹੜੀ ਹੈ ਨਾ ਐਡੀ ਲੰਮੀ ਚੌੜੀ ਹੈ ਨਹੀਂ ਜਿਹੜਾ ਬੰਦਾ ਇਕੱਠਾ ਕਰਨ 'ਚ ਲੱਗ ਜੇ ਕੀ ਹਾਲ ਹੈ ਦਾਣੇ ਜਿਹੜੇ ਨੇ ਭੜੋਲਿਆਂ 'ਚ ਪੇਰ ਆਈ ਜਾਂਦੇ ਨੇ ਆਟਾ ਗੁਜਿਆ ਆਈ ਜਾਂਦਾ ਕੀ ਹਾਲ ਹੈ ਆਪਣੇ ਸਾਹਮਣੇ ਦਾ ਪਤਾ ਨਹੀਂ ਹੁੰਦਾ ਵੀ ਕਿੰਨਾ ਖਾਣਾ ਤੇ ਕਿੰਨਾ ਮਗਰ ਆਈ ਜਾਣਾ ਸੋਹਣੀ ਗੱਲ ਕੀਤੀ ਭਾਈ ਵਿਕਾਸ ਠੀਕ ਹੈ ਤੇ ਆਪਣੇ ਤੋਂ ਜਿਹੜੇ ਮਸਾਹ ਧੁੰਦਾ ਹਮੇਸ਼ਾ ਉਹਦਾ ਖਿਆਲ ਰੱਖੋ ਹਰ ਇਨਸਾਨ ਜਿਹੜਾ ਇੱਜ਼ਤਦਾਰ ਉਹਦਾ ਇਤਰਾਮ ਜ਼ਿੰਦਾਬਾਦ ਹਾਂ ਬਾਕੀ ਇਨਸ਼ਾਅੱਲਾ ਖੁਸ਼ ਰਹੋ ਭਰਾਵਾਂ ਜੀ ਦੁਆ ਵੇ ਸਾਨੂੰ ਵੀ ਦੁਆਵਾਂ 'ਚ ਯਾਦ ਰੱਖਣ ਖੁਸ਼ ਰਹਿਣ ਜੀ ਭਾਈ ਵਿਕਾਸ ਸਾਹਿਬ ਬਹੁਤ ਸ਼ੁਕਰੀਆ ਭਾਈ ਆ ਲਓ ਪੈਗਾਮ ਰਿਕਾਰਡ ਕਰਾ ਲਈਏ ਮੈਂ ਨਾ 100 ਬਿਸਮਿਲਲਾ ਜੀ ਭਾਈ ਆ ਜੀ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਭਾਈ ਕੀ ਹਾਲ ਹੈ ਅੱਲਾ ਸ਼ੁਕਰ ਭਾਈ ਆ ਜੀ ਨਾਮ ਸਾਡੀ ਹੈ ਘਰ ਦੇ ਅੱਜ ਮੈਂ ਮੁਸਕਰਾ ਸਾਰਾ ਵੇਖੋ ਨਾ ਸਭ ਤੋਂ ਅੱਛੀ ਗੱਲ ਹੈ ਅੱਛੀ ਆਦਤ ਹੈ ਤੁਹਾਡੀ ਜਨਾਬ ਇਹ ਜਿਹੜਾ ਕੋਈ ਆਏਗਾ ਖੁਸ਼ਹਾਲ ਆ ਜਾਏਗਾ ਸਰ ਅਸੀਂ ਜਨਾਬ ਨੂੰ ਪੂਰਾ ਹਫ਼ਤਾ ਯਾਦ ਕਰਦੇ ਰਹਿੰਦੇ ਹਾਂ ਜਿਹੜਾ ਤੁਹਾਡਾ ਨਾਂ ਹੈ ਨਾ ਉਹ ਵੀ ਬੜਾ ਸਾਨੂੰ ਸੋਹਣਾ ਲੱਗਦਾ ਹੈ ਚਲੋ ਜੀ ਭਾਈ ਇਹੀ ਨਾਂ ਹੈ ਕਿ ਕੋਈ ਹੋਰ ਨਾਂ ਇਸ਼ਾਰਾ ਸਾਹਿਬ ਇਸ਼ਾਰਾ ਸਾਹਿਬ ਠੀਕ ਹੈ ਭਈਆ ਜੀ 1000 ਰੁਪਏ ਦੀਆਂ ਕਿਸ਼ਤਾਂ ਕਰਾ ਦਿਓ ਬਿੱਲ ਆ ਗਿਆ ਨਹੀਂ ਨਹੀਂ ਭਈਆ ਸਾਹਿਬ ਦਾ ਦੇਣ ਉਹ ਨਹੀਂ ਦਿੰਦਾ ਜਾਂਦੇ ਹੜਦੇ ਆ ਜੇ ਤੁਹਾਡੇ ਕੋਲ ਪੂਰੇ ਹੁੰਦੇ ਪਏ ਨਹੀਂ ਨਹੀਂ ਵੇਖੋ ਗੱਲ ਪਤਾ ਕੀ ਹੈ ਭਾਰ ਨਹੀਂ ਆਪਣੇ ਤੇ ਕਰਦਾ ਵੀਡੀਓ 'ਚ ਅਪਲੋਡ ਹੋਈਆਂ ਨੇ ਕਿਸੇ ਬੰਦੇ ਨੇ ਮਾਲ ਦਾ ਲਾਮਾ ਦਿੱਤਾ ਹੋਇਆ ਦੁੱਧ ਦਾ ਸਾਡੇ ਮਾਲ ਦਾ ਕੋਈ ਨਹੀਂ ਸਾਰਾ ਆਇਆ ਫਿਲਹਾਲ ਅੱਲਾ ਜਿੰਨਾ ਦੱਸਿਆ ਉਹਨਾਂ ਪੂਰਾ ਕਰਾ ਕੇ ਦਿਆਂਗੇ ਦੋ ਟਾਈਮ ਚਵਾ ਕੇ ਤਸੱਲਾ ਕਰਾ ਕੇ ਜ਼ਿੰਦਾਬਾਦ ਹਾਂਜੀ ਜੀ ਭਾਈ ਨਹੀਂ ਹੋਏਗਾ ਲਾਮਾ ਨਹੀਂ ਹੋਏਗਾ ਠੀਕ ਹੈ ਜੀ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ ਠੀਕ ਹੈ ਭਾਈ ਵਿਕਾਸ ਠੀਕ ਹੈ ਭਾਈ ਜਮੀਲ ਤੇ ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ ਸਾਰੇ ਦੋਸਤਾਂ ਕੀ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਹੈ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼